ਮੱਖੂ ਨੇੜਲੇ ਵਹਿੰਦੀ ਬਹਾਦਰਗੜ੍ਹ ਮਾਈਨਰ ਜੋ ਪਿਛਲੇ ਲੰਮੇ ਸਮੇਂ ਤੋਂ ਸੁੱਕੀ ਹੋਈ ਹੈ ਅਤੇ ਨਹਿਰੀ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀ ਹੈ ਜਿਸ ਦਾ ਖਮਿਆਜ਼ਾ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਇੱਕ ਪਾਸੇ ਡੀਜ਼ਲ ਦਾ ਮਹਿੰਗਾ ਹੋਣਾ, ਦੂਜੇ ਪਾਸੇ ਕਿਸਾਨਾਂ ਨੂੰ ਵਾਅਦੇ ਅਨੁਸਾਰ 8 ਘੰਟੇ ਬਿਜਲੀ ਨਾ ਮਿਲਣਾ ਅਤੇ ਹੁਣ ਨਹਿਰੀ ਵਿਭਾਗ ਦੁਆਰਾ ਨਹਿਰਾਂ ਵਿੱਚ ਪਾਣੀ ਦੀ ਵਿਵਸਥਾ ਨਾ ਕਰਨ 'ਤੇ ਪਰੇਸ਼ਾਨ ਹੋਏ ਕਿਸਾਨਾਂ ਦੇ ਹੱਕ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸ਼ੇਖੋ ਨੇ ਬਹਾਦਰਗੜ੍ਹ ਮਾਈਨਰ ਉੱਪਰ ਇੱਕ ਵਿਸ਼ਾਲ ਧਰਨਾ ਲਗਾਇਆ ਜਿੱਥੇ ਇਲਾਕਾ ਦੇ ਸੈਂਕੜੇ ਕਿਸਾਨਾਂ ਨੇ ਭਾਗ ਲਿਆ ਅਤੇ ਮੌਜੂਦਾ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸਾਬਕਾ ਕੈਪਟਨ ਮੰਤਰੀ ਜਨਮੇਜਾ ਸਿੰਘ ਸ਼ੇਖੋ ਨੇ ਮੌਜੂਦਾ ਸਰਕਾਰ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਕਿਹਾ ਕਿ ਅੱਜ ਹਰ ਵਰਗ ਹੜਤਾਲ 'ਤੇ ਹੈ ਅਤੇ ਸਰਕਾਰੀ ਵਿਭਾਗਾਂ ਦੇ ਬਾਹਰ ਧਰਨੇ ਲਾਈ ਬੈਠੇ ਹਨ, ਭਾਵੇਂ ਉਹ ਡਾਕਟਰ ਹੋਣ, ਟੀਚਰ ਹੋਣ, ਸਫਾਈ ਕਰਮਚਾਰੀ ਜਾਂ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ। ਹਰ ਇੱਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਬੈਠਾ ਹੈ ਅਤੇ ਪੰਜਾਬ ਵਿੱਚ ਜੰਗਲ ਰਾਜ ਵਰਗਾ ਮਾਹੌਲ ਹੈ। ਉਹਨਾਂ ਕੇਜਰੀਵਾਲ ਦੇ 300 ਯੂਨਿਟ ਵਾਲੇ ਜੁਮਲੇ ਉੱਪਰ ਬੋਲਦੇ ਹੋਏ ਕਿਹਾ ਹੈ ਕਿ ਇਹ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੀ ਗੱਲ ਹੈ ਕਿਉਂਕਿ ਅੱਜ ਹਰ ਇੱਕ ਦੇ ਘਰ ਫਰਿੱਜ ਹੈ, ਪੱਖਾ ਹੈ, ਇੱਕ ਦੋ ਬਲਬ ਜੱਗਣ ਦੇ ਬਾਵਜੂਦ 300 ਯੂਨਿਟ ਤੋਂ ਵੱਧ ਹੀ ਬਿੱਲ ਆਉਂਦਾ ਹੈ। ਉਹਨਾਂ ਕਿਹਾ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ ਅਤੇ 2022 ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਉਣ ਲਈ ਤਿਆਰ ਬੈਠੇ ਹਨ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਇੱਧਰ ਛਾਵੇਂ ਵੀ ਕਿਉਂਕਿ ਇਸੇ ਕਰਕੇ ਆਪਾਂ ਇਹ ਸ਼ਾਮ ਨੂੰ ਦੇਖਦੇ ਹੋਏ, ਆਪਾਂ ਗਰਮੀ ਨੂੰ ਦੇਖਦੇ ਹੋਏ ਛਾਏ ਪ੍ਰੋਗਰਾਮ ਕੀਤਾ। ਸੋ ਸਾਰੇ ਵੀਰ ਜਿਹੜੇ ਆ ਉਹ ਛਾਂ ਵਾਲੇ ਪਾਸੇ ਨੂੰ ਹੋ ਜਾਓ, ਨਾਲੇ ਤਾਂ ਛੱਡ ਦਿਓ ਸ਼੍ਰੋਮਣੀ ਅਕਾਲੀ ਦਲ ਸਰਦਾਰ ਜਨਮੇਜਾ ਸਿੰਘ ਜੀ ਸੇਖੋ, ਸਰਦਾਰ ਜਨਮੇਜਾ ਸਿੰਘ ਜੀ ਸੇਖੋ, ਬਹੁਜਨ ਸਮਾਜ ਪਾਰਟੀ ਦੇ ਤਹਿਤ ਆਪਾਂ ਸਾਰਿਆਂ ਵੀਰਾਂ ਨੇ ਮੁਰਦਾਬਾਦ ਮੁਰਦਾਬਾਦ। ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਅੱਜ ਕੱਲ੍ਹ ਅੱਜ ਵੀ ਲੋਕਾਂ ਨੂੰ ਝੋਨਾ ਵਾਹੁਣਾ ਪੈ ਰਿਹਾ, ਨਾ ਨਹਿਰਾਂ 'ਚ ਪਾਣੀ ਆ ਰਿਹਾ ਅਤੇ ਨਾ ਹੀ 8 ਘੰਟੇ ਬਿਜਲੀ ਦੇ ਰਹੇ ਨੇ। ਬਹੁਤ ਬੁਰਾ ਹਾਲ ਹੈ ਪੰਜਾਬ ਦਾ ਅਤੇ ਨਾ ਹੀ ਇਹਨਾਂ ਕੋਲ ਕੋਈ ਮੁਲਾਜ਼ਮ ਹੈ ਜਿਹੜੇ ਟੈਕਨੀਕਲ ਬਿਜਲੀ ਬੋਰਡ ਦੇ ਵਿੱਚ ਕੋਈ ਮੁਲਾਜ਼ਮਾਂ ਦੀ ਭਰਤੀ ਬਹੁਤ ਦੇਰ ਹੋ ਗਈ ਕਰਿਆ ਨੂੰ, ਨਾ ਕੋਈ ਮੁਲਾਜ਼ਮ ਭਰਤੀ ਕੀਤੇ ਹੈ। ਰੱਬ ਆਸਰੇ ਹੀ ਕੰਮ ਚੱਲੀ ਜਾਂਦਾ ਹੈ ਔਰ ਇਹਨੂੰ ਪੜਤਾਲਣ ਵਾਲਾ ਕੋਈ ਵੀ ਨਹੀਂ ਹੈ। ਜਿੱਥੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ DC ਆਫਿਸ ਔਰ ਸੈਕਟਰੀਏਟ ਦੇ ਮੁਲਾਜ਼ਮ, ਸਾਰੇ SDM ਦੇ ਮੁਲਾਜ਼ਮ, ਪਰ ਕਾਨੂੰ ਗੋ ਪਟਵਾਰੀ ਸਾਰੇ ਦੇ ਸਾਰੇ ਅੱਜ ਪੰਜਾਬ 'ਚ ਹੜਤਾਲ 'ਤੇ ਹੈ ਪਰ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ। ਇਸੇ ਤਰ੍ਹਾਂ ਲਗਾਤਾਰ 1.5-2 ਮਹੀਨੇ ਹੋ ਗਏ ਸਫਾਈ ਕਰਮਚਾਰੀ ਆ ਜਿਹੜੇ, ਸ਼ਹਿਰਾਂ 'ਚ ਗੰਦ ਵੱਜਿਆ ਪਿਆ, ਬਿਮਾਰੀ ਫੈਲਣ ਦਾ ਡਰ ਹੈ, ਕੋਈ ਨਾ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਹੋ ਰਹੀ ਹੈ। ਟੀਚਰ ਵਿਚਾਰੇ ਆਪਦੀ ਜਗ੍ਹਾ 'ਤੇ ਪੱਕੇ ਹੋਣ ਵਾਸਤੇ ਉਹਨਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਇਹਨਾਂ ਨੇ ਕਰੇ ਸੀ, ਕੋਈ ਉਹਨਾਂ ਦਾ ਵਾਅਦਾ ਪੂਰਾ ਨਹੀਂ ਕੀਤਾ। ਉਹ ਵੀ ਬਹੁਤ ਬੁਰੀ ਤਰ੍ਹਾਂ ਕੁੱਟ ਖਾਂਦੇ ਆ ਵਿਚਾਰੇ, ਕੱਪੜੇ ਪਾੜੇ ਜਾਂਦੇ ਆ, ਘਸੀਟ ਘਸੀਟ ਕੇ ਉਹਨਾਂ ਨੂੰ ਬੱਸਾਂ 'ਚ ਵਾੜਿਆ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਪੰਜਾਬ 'ਚ ਬਣੇ ਹੈ ਇਹ ਡੈਮੋਕ੍ਰੇਸੀ ਦਾ ਕਹਾਣ ਹੈ। ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਪੰਜਾਬ 'ਚ ਹੈ ਨਹੀਂ, ਪਰ ਸਾਡੇ ਜਿਹੜੇ ਮੁੱਖ ਮੰਤਰੀ ਹੈ ਉਹ ਚੁੱਪ ਕਰਕੇ ਆਪਦੇ ਫਾਰਮ ਹਾਊਸ 'ਤੇ ਸੁੱਤੇ ਪਏ ਹੈ। ਆ ਪੰਜਾਬ ਇੱਕ ਬਹੁਤ ਵੱਡੀ, ਪੰਜਾਬ ਕੀ ਸਾਰਾ ਹਿੰਦੁਸਤਾਨ ਹੀ, ਇੱਕ ਬਹੁਤ ਵੱਡੀ ਮਹਾਂਮਾਰੀ ਵਿੱਚੋਂ ਨਿਕਲਿਆ, ਅਜੇ ਨਿਕਲ ਵੀ ਨਹੀਂ ਸਕਿਆ, ਕਹਿੰਦੇ 3rd wave ਆਉਣੀ ਹੈ, ਪਰ ਇਹਨਾਂ ਨੇ ਇੱਕ ਵੀ ਕੋਈ ਇਹਨਾਂ ਦਾ MLA, ਇੱਕ ਕੋਈ ਮਿਨਿਸਟਰ ਜਾਂ ਮੁੱਖ ਮੰਤਰੀ ਕਿਸੇ ਜ਼ਿਲ੍ਹੇ 'ਚ ਜਾ ਕੇ ਮੀਟਿੰਗ ਕਰੀ ਹੋਵੇ, ਕਿਸੇ ਹਸਪਤਾਲ ਦੀ ਪੜਤਾਲ ਕੀਤੀ ਹੋਵੇ। ਨਾ ਕੋਈ ਕਿਤੇ ਆਕਸੀਜਨ ਹੈ, ਨਾ ਕੋਈ ਵੈਂਟੀਲੇਟਰ ਹੈ, ਹੁਣ ਨਾ ਕੋਈ ਹੋਰ ਹਸਪਤਾਲ ਵਧਾਏ ਹੈ, ਔਰ ਗੱਲਾਂ ਬੈਠੇ ਉੱਥੇ ਅਖਬਾਰਾਂ 'ਚ ਗੱਲਾਂ ਕਰੀ ਜਾਂਦੇ ਆ, ਆਹ ਕਰਤਾ, ਕਹਿੰਦੇ 12 ਲੱਖ ਨੌਕਰੀ ਦੇ ਦਿੱਤੀ, 12,000 ਪਿੰਡ ਹੈ। ਅਸੀਂ ਤਾਂ ਹਰੇਕ ਪਿੰਡਾਂ 'ਚ ਜਾਂਦੇ ਹਾਂ, ਪੁੱਛਦੇ ਹਾਂ ਕਿ ਪਿੰਡਾਂ 'ਚ ਕਿਸੇ ਨੂੰ ਨੌਕਰੀ ਮਿਲੀ, ਕੋਈ ਹੱਥ ਖੜਾ ਕਰਕੇ ਦੱਸੋ, ਕੋਈ ਨੌਕਰੀ ਨਹੀਂ ਮਿਲੀ। ਪਹਿਲਾਂ ਤਾਂ ਜਿਹੜੇ ਝੂਠ ਮਾਰੇ ਹੁਣ ਵੀ ਝੂਠ ਮਾਰੀ ਜਾਂਦੇ ਆ।
ਸੋ ਇਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਬਣੇ ਆ। ਕੇਜਰੀਵਾਲ ਦੇ 300 ਜੁਰਮ ਵਾਲੇ ਵਿਸ਼ੇ ਤੇ ਕੀ ਗੱਲ? ਦੇਖੋ ਕੇਜਰੀਵਾਲ ਆ ਕੇ ਇੱਕ ਹੋਰ ਸ਼ੋਸ਼ਾ ਛੱਡ ਗਿਆ ਹੁਣ। ਕੈਪਟਨ ਸਾਹਿਬ ਤਾਂ ਜਿੰਨੇ ਮਰਜ਼ੀ ਝੂਠ ਮਾਰ ਲਏ, ਇਹਦਾ ਤਾਂ ਕਿਸੇ ਨੇ ਕੋਈ ਗੱਲ ਕਰਨੀ ਹੋਈ ਨਹੀਂ ਵੀ ਅਸੀਂ ਆਹ ਕਰ ਦਿਆਂਗੇ। ਔਰ ਹੁਣ ਇਹ ਕੇਜਰੀਵਾਲ ਬੁੱਧੂ ਬਣਾਈ ਜਾਂਦਾ, ਕਹਿੰਦਾ 300 ਯੂਨਿਟ ਤੱਕ ਮਾਫ ਸਾਰਿਆਂ ਨੂੰ, ਅਤੇ ਜੇ 301 ਹੋ ਗਈ ਤਾਂ ਸਾਰਾ ਬਿੱਲ ਫੇਰ ਭਰਨਾ ਪਊਗਾ। ਤੁਸੀਂ ਮੈਨੂੰ ਦੱਸੋ, ਹਰੇਕ ਘਰ ਦੇ ਵਿੱਚ ਇੱਕ ਫਰਿੱਜ, ਇੱਕ ਕੂਲਰ, ਇੱਕ ਪੱਖਾ ਤਾਂ ਹੈ ਨਾ, ਗਰੀਬ ਤੋਂ ਗਰੀਬ ਘਰ ਦੇ ਵਿੱਚ ਵੀ, ਅਤੇ 300 ਯੂਨਿਟਾਂ ਕਿਵੇਂ ਸਰਦਾ? ਯਾਨੀ ਲੋਕਾਂ ਨੂੰ ਬੁੱਧੂ ਹੀ ਬਣਾ ਰਹੇ ਨੇ। ਅਸੀਂ ਨਸ਼ੇ ਐਂ ਕਰ ਦਿਆਂਗੇ, ਅਸੀਂ ਨਸ਼ੇ ਉਹ ਕਰ ਦਿਆਂਗੇ। ਆਹ ਥੋੜ੍ਹੇ ਜਿਹੇ ਦਿਨ ਪਹਿਲਾਂ ਇਹਨਾਂ ਦਾ MLA ਫੜਿਆ ਗਿਆ, 15 ਕਰੋੜ ਦੀ ਉੱਤੇ ਪਰਚਾ ਹੋਇਆ, 15 ਕਰੋੜ ਦੇ ਨਸ਼ੇ ਫੜੇ ਗਏ ਉਹਦੇ ਤੋਂ। ਇਹ ਲੋਕ ਪੰਜਾਬ ਦਾ ਭਲਾ ਕਰਨਗੇ? ਪੰਜਾਬ ਦਾ ਭਲਾ ਜੇ ਕੋਈ ਕਰੂਗਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਹਿਲਾਂ ਕੀਤਾ ਬਹੁਤ ਕੰਮ, ਅਤੇ ਹੁਣ ਵੀ ਜਿਹੜਾ ਕੋਈ ਸਾਰੇ ਮਸਲੇ ਰਹਿੰਦੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਪੂਰੇ ਕਰਨੇ ਆ। ਇਹ ਲੋਕ ਤਾਂ ਐਵੇਂ ਆਉਂਦੇ ਆ, ਪੰਜਾਬ ਨੂੰ ਲੁੱਟ ਕੇ ਲੈ ਜਾਂਦੇ ਆ, ਕੁਛ ਕਰਦੇ ਨਹੀਂ।